जिला पुलिस ने बीती रात गुप्त सूचना दे आधार ते कीती गई नाकेबंदी दौरान महलपुर अधीन पेंदे पिंड नूरपुर जट्ठां विखे रहे दो खाड़कुआं नूं भारी मात्रा विच असले समेत काबू करके अगलेरी कार्रवाई शुरू की है। फड़े गए दोषियों के कोलों एक माइक्रोस्कोपिक मशीन गन, एक पिस्तौल, 60 कारतूस, 2 मैगजीन, 4 मोबाइल अते एक इंटरनेट डोंगल भी बरामद किया है। सूत्रों का कहना है कि बीती रात जिला पुलिस नूं गुप्त सूचना मिली सी कि नूरपुर जट्टां दा खाड़कू मक्खण पुत्र दीवान सिंह, जो कि पिछले लंबे समय तो खाड़कू गतिविधियां विच शामिल है ते वख-वख केसां विच जेल भी जा चुका है अते पाकिस्तान भी रहा है, अपने साथी दविंदर सिंह उर्फ हैप्पी पुत्र सोहन सिंह वासी खैरड़ अक्षरवार हाल वासी नूरपुर जट्टां विखे एक कार विच सवार होकर पिंड नूं आ रहे सन कि उन्हां कोलों खतरनाक हथियार हन। पुलिस ने घेराबंदी करके इन्हां दे कोलों मशीन गन, पिस्तौल अते होर असला बरामद किया है। ਤੁਹਾਡੇ ਪਿੰਡ ਦਾ ਵਸਨੀਕ ਹੈ? ਹਾਂਜੀ ਹਾਂਜੀ। ਕਿੰਨੇ ਸਾਲ ਟਾਈਮ ਤੋਂ ਇੱਥੇ ਪਿੰਡ 'ਚ ਰਹਿ ਰਿਹਾ? ਹਾਂਜੀ 5 ਸਾਲ ਤੋਂ ਰਹਿ ਰਿਹਾ ਆ, ਖੇਤੀ ਕਰਦਾ ਆ। ਖੇਤੀ ਕਰਦਾ ਕਿਉਂਕਿ ਇਹ ਪਹਿਲਾਂ ਵੀ ਜਿਹੜਾ ਆਤੰਕਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਰਿਹਾ ਔਰ ਸਜ਼ਾ ਵੀ ਕੱਟ ਕੇ ਆਇਆ। ਹਾਂਜੀ ਹਾਂਜੀ। ਔਰ ਇਹਦਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਆ? ਇਹਦਾ ਪਿੰਡ ਤਾਂ ਠੀਕ ਆ ਜੀ, ਸਾਰਿਆਂ ਨਾਲ ਬਹਿਣੀ ਉੱਠਣੀ ਵੀ ਠੀਕ ਆ, ਨਾ ਕਿਸੇ ਕੋ ਜਾਂਦਾ ਨਾ ਕਿਸੇ ਕੋ ਆਉਂਦਾ, ਆਪਣੀ ਖੇਤੀ ਨਾ ਮਤਬਲ ਰੱਖਦਾ ਆ। ਪਿਛਲੇ 4-5 ਸਾਲ ਤੋਂ ਤੁਸੀਂ ਦੱਸਦੇ ਪਏ ਪਿੰਡ 'ਚ ਰਹਿ ਰਿਹਾ ਸੀਗਾ? ਹਾਂਜੀ। ਕੋਈ ਇੱਦਾਂ ਦੀ ਇਹਦੇ 'ਤੇ ਕੋਈ ਸ਼ੱਕ ਪਈ ਹੋਵੇ ਜਾਂ ਕੁਛ? ਨਹੀਂ, ਇੱਦਾਂ ਦੀ ਕੋਈ ਸ਼ੱਕ ਨਹੀਂ ਪਈ ਹੈਗੀ, ਇੱਦਾਂ ਦੀ ਕੋਈ ਕਿਸੇ ਨੂੰ ਸ਼ੱਕ ਨਹੀਂ ਹੈਗੀ। ਮੈਨੂੰ ਆ ਦੇਖ ਲਵੋ ਤਾਂ ਕਿਹੜਾ। ਜਦੋਂ ਕੱਲ੍ਹ ਨੂੰ ਫੜਕੇ ਨੇ ਗਏ ਤੁਹਾਨੂੰ ਲੱਗ ਗਿਆ ਸੀ? ਨਹੀਂ ਕੱਲ੍ਹ ਨਹੀਂ, ਜਿੱਦਾਂ ਸ਼ੁੱਕਰਵਾਰੀ ਗਿਆ ਸੀਗਾ 5 ਵਜੇ ਇੱਥੋਂ ਬਈ ਟਾਂਡੇ ਤਾਂ ਹੀ ਜਾਣਾ ਆ, ਉਹ ਮੁੰਡੇ ਨੂੰ ਜਿਹੜੇ ਡਰਾਈਵਰ ਨੂੰ ਲੈ ਕੇ ਗਏ ਬਈ ਟਾਂਡੇ ਤਾਂ ਹੀ ਆਉਣ ਜਾਣ ਕਰਨਾ ਆ, ਇਹ ਨਹੀਂ ਪਤਾ ਬਈ ਆਉਂਦੇ ਨੂੰ ਫੜਿਆ ਕਿ ਜਾਂਦੇ ਨੂੰ ਫੜਿਆ, ਸਾਨੂੰ ਤਾਂ ਇਹ ਵੀ ਨਹੀਂ ਪਤਾ। ਸ਼ੁੱਕਰਵਾਰ ਦਾ? ਹਾਂਜੀ ਸ਼ੁੱਕਰਵਾਰ ਦਾ ਰਾਤ ਦਾ ਕਹਿੰਦੇ ਆ ਬਈ, ਹੁਣ ਇਹ ਦੱਸ ਕੇ ਗਏ ਬਈ ਸੂਨੀ ਵਾਲੇ ਬਈ ਰਾਤ ਦਾ ਫੜਿਆ ਵਾ 10-11 ਵਜੇ ਦਾ। ਇਹਦੇ ਕੋਲੋਂ ਕੋਈ ਅਸਲਾ ਵੀ? ਘਰੋਂ ਉਹ ਟਾਂਡੇ ਨੂੰ ਗਿਆ ਸੀਗਾ? ਹਾਂਜੀ ਟਾਂਡੇ ਨੂੰ, ਸ਼ੁੱਕਰਵਾਰ ਨੂੰ ਗਿਆ ਸੀ। ਹਾਂਜੀ ਹਾਂਜੀ। ਆਉਂਦਾ ਹੋਇਆ ਫੜ ਹੋਇਆ? ਆਉਂਦਾ ਹੋਇਆ ਫੜ ਹੋਇਆ। ਤੇ ਹੁਣ ਜਿੱਦਾਂ ਪੁਲਿਸ ਦੱਸਦੀ ਆ ਬਈ ਇਹਦੇ ਕੋਲੋਂ ਹਥਿਆਰ ਮਿਲੇ? ਹਜੇ ਸਾਨੂੰ ਤਾਂ ਪੁਲਿਸ ਕੁਛ ਨਹੀਂ ਦੱਸ ਰਹੀ। ਸਜ਼ਾ ਕੱਟੀ?